मैं सियासत च पहली बार आई हाँ जी, मैं कला मजीठा देखांगी जी। तो वो कभी मजीठे हल्के आए नहीं है, उन्होंने पता ही नहीं मजीठे हल्के ने की सफर किया, उन्होंने जेडे पति देव सिगे। मैनू बार बार रोज़ कहते ने सवेरे शाम, मेरा परिवार है पूरे डट के काम करना है। मैं पूरी कोशिश करांगी जिवें अपने बच्चों नू सांभदी हैं उस तरह मजीठे हल्के नू सांभांगी। एक मजीठे हल्के नू मेरा ख्याल सराफ है बिक्रम मजीठिए दे आउण दे नाल मजीठे हल्के च। गुरु कृपा करे वह भी जित के विधानसभा पहुँचन। समाजिक रिश्ते अलग चीज़ आ, जिहड़े सियासी रिश्ते ने वो अलग चीज़ आ। समाजिक रिश्ते अपनी थान पर आ, सियासी रिश्ते अपनी थान पर आ। हंकार का भी जवाब होवे तो फिर न्याणे नूं मनावांगे चल के जिहड़ा वाकई जो कुछ इहदा अज तक दा रहा हिसाब किताब उहदे च इहनूं जमानत मिलनी तो किसी होर सूरत दे विच नहीं सी चाहीदी। ਜਿਹੜਾ ਵਾਕਿਆ ਇਸ ਗੱਲ ਤੋਂ ਸਾਡੇ ਘਰ 'ਚ ਹੀ ਰੁੱਸ ਗਿਆ, ਉਹ ਕਹਿੰਦਾ ਨਹੀਂ ਤੁਸੀਂ ਇਲੈਕਸ਼ਨ ਨਹੀਂ ਲੜਦੇ। ਅਕਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਗੱਲ ਕਰਨ ਜਾ ਰਹੇ ਹਾਂ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਚੋਣਾਂ ਦੀ ਅਤੇ ਸਰਗਰਮ ਸੀਟਾਂ ਦੀ। ਅੰਮ੍ਰਿਤਸਰ ਪੂਰਬੀ ਅਤੇ ਮਜੀਠਾ ਹਲਕਾ ਸੀਟ ਮੁੱਛ ਦਾ ਸਵਾਲ ਬਣੀ ਹੋਈ ਹੈ, ਜਿੱਥੇ ਸਾਰੇ ਹੀ ਉਮੀਦਵਾਰ ਇੱਕ ਦੂਜੇ ਨੂੰ ਚੈਲੰਜ 'ਤੇ ਚੈਲੰਜ ਕਰ ਰਹੇ ਨੇ। ਇੱਥੇ ਇੱਕ ਗੱਲ ਦੱਸਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਦਾ ਬਿਕਰਮ ਸਿੰਘ ਮਜੀਠੀਆ ਦੇ ਨਾਲ 36 ਦਾ ਆਂਕੜਾ ਚੱਲ ਰਿਹਾ, ਉਹਨਾਂ ਨੇ ਮਜੀਠੀਆ ਨੂੰ ਚੈਲੰਜ ਕੀਤਾ ਸੀ ਕਿ ਮਜੀਠੀਆ ਮਜੀਠਾ ਹਲਕਾ ਛੱਡ ਕੇ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਮੇਰੇ ਨਾਲ ਮੁਕਾਬਲਾ ਕਰੇ। ਲੋਕ ਆਪਣੇ ਆਪ ਹੀ ਦੱਸ ਦੇਣਗੇ ਕਿ ਕਿਸ ਤੋਂ ਉਹਨਾਂ ਨੂੰ ਭਰੋਸਾ ਜ਼ਿਆਦਾ ਹੈ ਅਤੇ ਕਿਸ ਨਾਲ ਉਹਨਾਂ ਦਾ ਜ਼ਿਆਦਾ ਪਿਆਰ ਹੈ। ਜਿਸ ਤੋਂ ਬਾਅਦ ਮਜੀਠੀਆ ਨੇ ਵੀ ਚੈਲੰਜ ਕਬੂਲ ਕਰਦਿਆਂ ਮਜੀਠਾ ਸੀਟ ਤੋਂ ਆਪਣੀ ਪਤਨੀ ਗੁਨੀਵ ਕੌਰ ਮਜੀਠੀਆ ਨੂੰ ਖੜਾ ਕਰ ਦਿੱਤਾ ਅਤੇ ਖੁਦ ਸਿੱਧੂ ਦੇ ਮੂਹਰੇ ਅੰਮ੍ਰਿਤਸਰ ਪੂਰਬੀ ਤੋਂ ਹਿੱਕ ਡਾ ਕੇ ਖੜ ਗਏ। ਪਰ ਜੇਕਰ ਦੇਖਿਆ ਜਾਵੇ ਤਾਂ ਮਜੀਠੀਆ ਨੇ ਮਜੀਠਾ ਸੀਟ ਛੱਡੀ ਕਿੱਥੇ ਆ, ਉਹਨਾਂ ਨੇ ਤਾਂ ਉਸ ਸੀਟ ਦੇ ਉੱਤੋਂ ਦੀ ਆਪਣੀ ਪਤਨੀ ਗੁਨੀਵ ਕੌਰ ਮਜੀਠੀਆ ਖੜੀ ਕਰ ਦਿੱਤੀ ਹੈ। ਯਾਨੀ ਕਿ ਜੇਕਰ ਜਿੱਤ ਮਿਲਦੀ ਹੈ ਤਾਂ ਸੀਟ ਤਾਂ ਮਜੀਠੀਆ ਸਾਹਿਬ ਦੀ ਜਾਂ ਫਿਰ ਉਹਨਾਂ ਦੀ ਪਤਨੀ ਦੀ ਹੈ, ਗੱਲ ਤਾਂ ਇੱਕੋ ਹੀ ਹੈ। ਵੱਡੀ ਗੱਲ ਇਹ ਵੀ ਹੈ ਕਿ ਗੁਨੀਵ ਕੌਰ ਮਜੀਠੀਆ ਇੱਕ ਗੈਰ ਤਜ਼ਰਬੇਕਾਰ ਉਮੀਦਵਾਰ ਨੇ, ਉਹ ਸਿਆਸਤ 'ਚ ਨਵੇਂ ਨੇ, ਜਿਹੜੀ ਕਿ ਗੱਲ ਉਹ ਖੁਦ ਵੀ ਮੰਨਦੇ ਆ ਰਹੇ ਨੇ। ਯਾਨੀ ਕਿ ਮਜੀਠਾ ਸੀਟ 'ਤੇ ਜੇ ਫਤਿਹ ਹਾਸਲ ਹੁੰਦੀ ਹੈ ਤਾਂ ਕੀ ਗੁਨੀਵ ਕੌਰ ਕੋਈ ਫੈਸਲਾ ਲੈ ਸਕਣਗੇ, ਕਿਵੇਂ ਉਹ ਵਿਕਾਸ ਕਰਨਗੇ? ਫਿਰ ਆਖਿਰ ਵਿੱਚ ਤੱਤ ਤਾਂ ਇਹੀ ਸਾਹਮਣੇ ਆਉਂਦੇ ਨੇ ਕਿ ਇਸ ਸੀਟ ਦੀ ਜ਼ਿੰਮੇਵਾਰੀ ਤਾਂ ਫਿਰ ਮਜੀਠੀਆ ਨੂੰ ਹੀ ਚੁੱਕਣੀ ਪੈਣੀ ਹੈ, ਮਜੀਠੀਆ ਹੀ ਇਸ ਸੀਟ ਦੇ ਵਾਲੀ ਵਾਰਸ ਹੋਣਗੇ। ਹਾਂ, ਵਿਧਾਨ ਸਭਾ 'ਚ ਜ਼ਰੂਰ ਨਾਮ ਵੱਜੇਗਾ ਗੁਨੀਵ ਕੌਰ ਮਜੀਠੀਆ ਦਾ। ਯਾਨੀ ਕਿ ਕੰਨ ਚਾਹੇ ਜਿਵੇਂ ਮਰਜ਼ੀ ਫੜ ਲਓ, ਗੱਲ ਇੱਕੋ ਹੀ ਬਣਨੀ ਹੈ। ਦੂਜੀ ਗੱਲ ਇੱਕ ਇਹ ਵੀ ਹੈ ਜੋ ਕਿ ਵਿਰੋਧੀ ਵੀ ਕਹਿ ਰਹੇ ਨੇ ਕਿ ਇੱਕ ਪਾਸੇ ਗੱਲ ਕੀਤੀ ਜਾ ਰਹੀ ਹੈ ਲੋਕਾਂ ਦੇ ਵਿਕਾਸ ਦੀ, ਹਲਕੇ ਦੇ ਭਲੇ ਦੀ, ਪਰ ਜਿਵੇਂ ਦੇ ਸਮੀਕਰਨ ਮਜੀਠਾ ਹਲਕੇ ਤੋਂ ਸਾਹਮਣੇ ਆ ਰਹੇ ਨੇ ਉਹ ਤਾਂ ਦਿਖਾ ਰਹੇ ਨੇ ਕਿ ਲੋਕਾਂ ਦਾ ਫਿਕਰ ਛੱਡ ਕੇ ਆਪਸੀ ਅਣਖ ਆਕਣਾ ਅਤੇ ਕੁਰਸੀ ਦੀ ਫਤਿਹ ਦੀ ਲੜਾਈ ਚੱਲ ਰਹੀ ਹੈ। ਨਹੀਂ ਤਾਂ ਅਕਾਲੀ ਦਲ ਵੱਲੋਂ ਮਜੀਠਾ ਸੀਟ ਤੋਂ ਕੋਈ ਤਜ਼ਰਬੇਕਾਰ ਸਿਆਸਤਦਾਨ ਉਮੀਦਵਾਰ ਬਣਾਇਆ ਜਾਣਾ ਸੀ, ਗੁਨੀਵ ਕੌਰ ਮਜੀਠੀਆ ਨਹੀਂ ਸੀ ਹੋਣੇ। ਪਰ ਮਜੀਠੀਆ ਨੇ ਇੱਕ ਪਾਸੇ ਮੁੱਛ ਦਾ ਸਵਾਲ ਬਣਾ ਕੇ ਅੰਮ੍ਰਿਤਸਰ ਪੂਰਬੀ ਤੋਂ ਸਿੱਧੂ ਨਾਲ ਮੱਥਾ ਡਾਲਿਆ ਅਤੇ ਮਜੀਠਾ ਸੀਟ 'ਤੇ ਗੁਨੀਵ ਕੌਰ ਖੜੀ ਕਰਕੇ ਉਹਨਾਂ ਨੇ ਇਹ ਸੀਟ ਵੀ ਆਪਣੇ ਕਲਾਵੇ ਵਿੱਚ ਲੈ ਲਈ ਹੈ। ਪਰ ਜੋ ਵੀ ਹੋਵੇ, ਮਜੀਠਾ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਨੀਵ ਕੌਰ ਮਜੀਠੀਆ ਬੇਹੱਦ ਖੁਸ਼ ਨਜ਼ਰ ਆ ਰਹੇ ਨੇ ਅਤੇ ਦਾਅਵਾ ਕਰ ਰਹੇ ਨੇ ਕਿ ਲੋਕਾਂ ਦਾ ਪਿਆਰ ਅਕਾਲੀ ਦਲ ਮਜੀਠੀਆ ਪਰਿਵਾਰ ਦੇ ਨਾਲ ਹੈ ਅਤੇ ਉਹ ਜਿੱਤ ਜ਼ਰੂਰ ਹਾਸਲ ਕਰਨਗੇ। ਪਰ ਉਹ ਆਪ ਖੁਦ ਇਹ ਵੀ ਕਹਿ ਰਹੇ ਨੇ ਕਿ ਉਹ ਸਿਆਸਤ 'ਚ ਨਵੇਂ ਨੇ। ਆਓ ਸੁਣਦੇ ਹਾਂ ਗੁਨੀਵ ਕੌਰ ਮਜੀਠੀਆ ਦੇ ਜਜ਼ਬਾਤ। ਸੌਂਕਣਾ ਪਿਆ, ਉਹਨੂੰ ਨੂੰ ਦੁੱਖ ਬਹੁਤ ਹੈ। ਮੈਂ ਪੂਰੀ ਕੋਸ਼ਿਸ਼ ਕਰਾਂਗੀ ਜਿਵੇਂ ਆਪਣੇ ਬੱਚਿਆਂ ਨੂੰ ਸਾਂਭਦੀ ਹੈ ਉਸ ਤਰ੍ਹਾਂ ਮਜੀਠੇ ਹਲਕੇ ਨੂੰ ਸਾਂਭਾਂਗੀ। ਬਸ ਰੱਬ ਉਹਨਾਂ ਦੇ ਸਿਰ 'ਤੇ ਮੇਰ ਰੱਖੇ। ਉਹ ਤਾਂ ਮਜੀਠੇ ਵਾਲਿਆਂ ਨੂੰ ਪੁੱਛਣਾ ਪਊਗਾ ਜੀ। ਮੈਮ, ਸਿਆਸਤ ਦੇ ਵਿੱਚ ਤੁਸੀਂ ਨਵੇਂ ਹੋ, ਪਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਜੇਕਰ ਅਸੀਂ ਵਿਕਰਮ ਮਜੀਠੀਆ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਇੱਕ ਸਿਆਸੀ ਘੇਰਾਬੰਦੀ ਉਹਨਾਂ ਦੇ ਖਿਲਾਫ ਕੀਤੀ ਗਈ, ਕੀ ਤੁਸੀਂ ਮਜੀਠਾ ਦੇ ਨਾਲ ਨਾਲ ਅੰਮ੍ਰਿਤਸਰ ਈਸਟ ਦੇ ਵਿੱਚ ਵੀ ਜਾ ਕੇ ਚੋਣ ਪ੍ਰਚਾਰ ਕਰੋਗੇ ਉਹਨਾਂ ਦੇ? ਮੈਂ ਸਿਆਸਤ 'ਚ ਪਹਿਲੀ ਵਾਰ ਆਈ ਹਾਂ ਜੀ, ਮੈਂ ਕੱਲਾ ਮਜੀਠਾ ਦੇਖਾਂਗੇ ਜੀ। ਤਬਦੀਲੀ ਕਿਸ ਤਰ੍ਹਾਂ ਲੱਗ ਰਹੀ ਹੈ, ਫਰਕ ਕੋਈ ਚੋਕਾ ਚੁੱਲਾ ਛੱਡ ਕੇ ਹੁਣ ਸਿਆਸੀ ਪਿੜ 'ਚ ਆਏ ਹੋ? ਉਹ ਵੀ ਪਰਿਵਾਰ ਦੇਖਦੀ ਸੀ, ਉੱਥੇ ਵੀ ਪਰਿਵਾਰ ਦੇਖਦੀ ਸੀ ਮੈਂ, ਇਹ ਵੀ ਉਹਨਾਂ ਦਾ ਪਰਿਵਾਰ ਹੈ ਅਤੇ ਮੇਰੇ ਖਿਆਲ ਇੱਥੇ ਉਹਨਾਂ ਨੂੰ ਜ਼ਿਆਦਾ ਪਿਆਰ ਹੈ। ਉਹ ਮੈਨੂੰ ਬਾਰ ਬਾਰ ਰੋਜ਼ ਕਹਿੰਦੇ ਨੇ ਸਵੇਰੇ ਸ਼ਾਮ, ਮੇਰਾ ਪਰਿਵਾਰ ਹੈ
पूरे डट के काम करना है कि बहुत ख्याल रखना है इन्हों का। बस उस तो ज्यादा मैं ध्यान रख मैनू ध्यान रखने कहा उन्होंने। बस जिहड़ा उन्होंने काम किया उस ते ही अगे मजीठा तो आम आदमी पार्टी वालों लाली मजीठिया, कांग्रेस वालों जग्गा मजीठिया, अकाली दल वालों गुनीव कौर मजीठिया अते भाजपा वालों प्रदीप सिंह भुल्लर अपनी किस्मत अजमा रहे ने। पर इस सीट तो वड्डा मुकाबला हुण लाली मजीठिया अते गुनीव कौर मजीठिया दे दरमियान दिखाई दे रहा है, क्योंकि लाली मजीठिया की पत्नी सतेंद्र पाल कौर जो कि बिक्रम सिंह मजीठिया नूं नशियां दे मामले ते घेर रहे ने, उत्थे ही उह गुनीव कौर मजीठिया ते भी तिखे निशाने साध रहे ने कि गुनीव कौर जेकर लोकां च विचरे होण तां उहनां नूं मजीठा हलके दे हालातां दा अंदाज़ा होवे, क्योंकि बिक्रम सिंह मजीठिया कारण नौजवान नशे ते लगे होए ने। उहनां ने इह गल वी आखी है कि गुनीव कौर नूं हलके दे हालातां दा कुछ भी नहीं पता, उह सारियां चीज़ां तों अणजाण ने। बेटे मैं बिल्कुल कहनी हाँ, क्योंकि वह कभी मजीठे हल्के आए नहीं हैं, उन्होंने पता ही नहीं मजीठे हल्के ने की सफ़र किया उन्होंने जेडे पति देव सिगे, और मैनू लगता भी वह आएंगे और लोगों मिलने और मातावान मिलने जिन्होंने इन्ना जोड़ा नर्क भोगया, क्योंकि पहला जड़िया इलैक्शन होंदिया सगिया, क्योंकि 2007 असी इलैक्शन शुरू की सी और उदो सिर्फ एक कोई शराब पीता से कोई ना कोई घर का जोड़ा व्डा मैंबर आ वोटा वाले घर चो शराब पी आनी, और हूँ जोड़े बच्चे ने घर तो बहर गेटा तो बहर खड़े समैक पी के खड़े होंगे एक मजीठे हल्के मेरा ख्याल सराफ आ बिक्रम मजीठिए के आने के नाल मजीठे हल्के अगर वो वाइफ इतने आँदी है तो मेरे ख्याल के बहुत दुख होएगा भी उन्होंने जी फैमिली है उन्हें किस तरह फैमिलीज जड़िया बर्बाद कितिया। नौजवानों मैं यही स्नेहा देना चाहनी हाँ भी तगड़े होना चाहिए, क्योंकि एक डिटरमीनेशन होनी होंगी है जी बंदे किसी भी माड़े काम चो बहर कढ़दी है, और डिटरमीनेशन अगर तुसी कर लिया भी, क्योंकि आम आदमी पार्टी दी जिहड़ियां नीतियां ने वह सारियां नौजवानी पक्षी है और सेहत संबंधी आ एजुकेशन संबंधी आ जिहड़ी इंपलॉयमेंट है वो संबंधी है, और अगर असी इस चीज़ नूं लैके इस बारी हमला मार दिंदे आ और आम आदमी पार्टी आ जाती है, और मैनू बिल्कुल विश्वास है कि मेरे हल्के दे जिहड़े नौजवान ने वो बच जाएंगे। उधर मजीठिया के सामने खड़े आम आदमी पार्टी के उम्मीदवार लाली मजीठिया ने भी कहा कि मजीठिया ने जिहो जिहे काम किए ने उन्हां दी तां जमानत भी नहीं सी बनती। नाल ही उन्होंने यह भी कहा कि लोगों च मजीठा हल्के तो मजीठिया विचर किवें सकते हैं जदों मजीठिया च उन्होंने कोई भी काम नहीं किया, फिर अमृतसर पूर्वी तो उन्होंने जाना ही पैना सी, इसलिए हुण उन्होंने गुनीव कौर नूं लोगों के रूबरू कर दिता है जिसका कि कोई भी फायदा नहीं होना। अखाड़ा तो बड़े दिन होए भख चुका जी, अज नॉमीनेशन फाइल करके आए हैं और अज बड़ा विश्वास आ एक आत्म विश्वास और आत्म कह लो कि जिहड़ा अंतर ध्यान आ उहदे तो पता लग रहा कि किन्ना सानू रिस्पोंस आ, किस तरह असी जिन्हां पिंडां दे विच पिछले दिनां च गए हां उत्थों किन्ना ज़्यादा सानू हुलारा मिलिया और सानू इन्ना हौसला अफजाई साडी लोकां ने कीती आ जदे साडे वर्करस ने और साडे वोटरस ने सपोर्टरस ने कि साडा जितना जिहड़ा है उह तय आ, बाकी हुण सर्टिफिकेट जिहड़ा सिर्फ उह लैणा बाकी रह गया। देखो एक गल दी कोर्ट मैटर आ सब जुडिस मैटर आ, ये मैं कुछ बोलना नहीं चाहता, पर ये जड़ा ये जो कुछ यदा अज तक का रहा हिसाब किताब उसू जमानत मिलनी तो किसी होर सूरत दे विच नहीं सी चाहिए। हाँ जी, वो इतों पता कि मजीठे जो कुछ किया पिछले 15 साल के, क्योंकि 5 साल भी वो मनमर्जी चली आ उहदे तों उहनूं डर आउंदा है और वर्कर दे एक गुस्से तों सैलाब है जिहड़ा इस वेले आम आदमी पार्टी दा उहदे तों डरिया जिस करके वह उधर शहर ईस्ट दे विच शिफ्ट कर रहा है। की लगता है कि फाइट अप हुंदी नज़र आ रही है कि वन साइड फाइट लग चुका कित्थों दी किधर मजीठे हल्के दी जिहड़ी है इस वेले आप दी फेवर दे विच वन साइडेड फाइट आ और वह तुहानूं बिल्कुल सामने क्लीयर अगलियां दिनां दे विच नज़र आएगी, ज्यों ज्यों विड्रॉल दे दिन लंघणगे तो उस तो बाद तुसी देखोगे की फर्क पैंदा इत्थे आण के। अक्सर ही जिहड़ा भी कैंडीडेट नॉमिनेशन फाइल करन जांदा अपनी मां दी दुआवां लैके जांदा है, तुसी दो भरा सामने हो कि
नहीं नहीं वेखो वो गल इस तरह है कि माँ की दुआ जी होंगी वो तो सदा ही अपने बच्चों के नाल हुंदी आ ते जे समाजिक रिश्ते अलग चीज़ आ ते जिहड़े सियासी रिश्ते ने अलग चीज़ आ समाजिक रिश्ते अपनी थान ते आ सियासी रिश्ते अपनी थान ते आ इत्थे भरा भरा आ कई बार माँ अपना बाप ते बेटे का भी आपस दे विच हुंदा आ कई बार माँ पुत का भी आपस दे विच जिहड़ा आ वो इस तरह इलैक्शन का अज तक इतिहास रहा है सो एक बहुत वड्डी गल नहीं हाँ जरूर है कि मैनू मेरे वड्डियां दीआं इच्छावां जिहड़े स्वर्ग च भी बैठे हो मेरे नाल नहीं पूरा साथ दे रहे हैं जी कि मैनू हर गल दे विच मैनू मोढ़े ना मोढ़ा जोड़ के मेरे और हर गल दे विच जिथे किते किसे वेले कोई थोड़ी बहुती कह लो कमजोरी आउंदी भी लगे तो कमजोरी मेरे को रहन नहीं दिंदे। दूजे पासे गुनीव कौर मजीठिया के चोण लड़न से परिवारक मैंबरों का उत्साह सातवें आसमान पर है। खासकर बिक्रम सिंह मजीठिया अपनी पत्नी की जित का दावा कर रहे हैं। उन्होंने दसिया कि गुनीव कौर दिन रात लोगों को मिल रहे हैं बच्चों को भी बैठने का समा नहीं है पर गुनीव कौर बहुत मेहनत कर रहे हैं लोगों का दिल जितने लिए। नाल ही हरसिमरत कौर बादल ने भरा और भरजाई के चोण प्रचार से कहा है कि मैनू पार्टी ने वड्डियां पार्लीमेंट्री सीटा की जिम्मेवारी दी हुई है तो मजीठा च साडे वर्कर ही काफ़ी ने गुनीव कौर के प्रचार को चार चंद लगाने के लिए। बड़ा 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 जी पहला तो विशर वेल जी थोड़ी सब दिया दुआवां दी भी लोड है गुरु कृपा करे वह भी जित के विधानसभा पहुंचन ते थोड़ी कृपा सदका इन्हां लोग प्यार भरावां भैणां दी अरदासा सदका दास भी जित के पहुंचे अहंकार का भी जवाब होवे ते फिर न्याणे नूं मनावांगे चल के जिहड़ा वाके इस गल तो साडे घर च ही रुस गया वह कहिंदा नहीं तुसीं इलैक्शन नहीं लड़नी वह तां शायद गल करन तों ही हट गया। चलो ये तो फैसला तो जी लोग करते हैं मैं नहीं ना ये गल्लां कर सकता मगर चलो वो वध लीड नाल जितन जित हुंदी आ ये मैनू लगता मैनू शायद ये वधा देण मजीठे वालियां नूं भी कहा भाई इज्जत ध्यान रख रहे हो मेरा हुण देखो की करदे लोग करदे जी फैसला लोग करदे जी। एक पासे भरा भी हुण मेरे कल्ले मैदान च आ गए जी सिद्धू साहब दे हलके च उधरों तुहाडे भरजाई भी कल्ले ने ते हुण दोनों हलकियां दे विच जाओगे जी प्रचार दे। देखो मेरी ड्यूटी आ तीन पार्लियामेंट्री सीटां च लगी हुई है क्योंकि लंबी भी सामना जलालाबाद सो फिरोजपुर फरीदकोट ते बठिंडा पार्लियामेंट्री से ਸਤਾਈ ਸੀਟਾਂ ਚ ਮੇਰੀ ਡਿਊਟੀ ਲੱਗੀ ਹੈ ਉਹ ਮੇਰਾ ਖਿਆਲ ਉੱਥੇ ਸਾਡੇ ਵਰਕਰ ਦੀ ਫੌਜ ਹੀ ਤਕੜੀ ਹੈ ਉਹ ਆਪੇ ਹੀ ਸਾਂਭ ਲੈਣ। ਚਲੋ ਹੁਣ ਇਹ ਤਾਂ ਹੋਇਆ ਗੁਨੀਵ ਕੌਰ ਮਜੀਠੀਆ ਦਾ ਸਮਰਥਨ ਉਹਨਾਂ ਦੀ ਆਪਣੀ ਮਿਹਨਤ ਦੀ ਗੱਲ ਅਤੇ ਵਿਰੋਧੀਆਂ ਦੇ ਤਿੱਖੇ ਨਿਸ਼ਾਨੇ ਜੋ ਕਿ ਇੱਕ ਪਾਸੇ ਦੀ ਗੱਲ ਹੈ ਪਰ ਹੁਣ ਸਵਾਲ ਤਾਂ ਇਹ ਬਣਦਾ ਹੈ ਕਿ ਗੁਨੀਵ ਕੌਰ ਮਜੀਠੀਆ ਕੀ ਆਪਣੇ ਬਾਕੀ ਦੇ ਤਜਰਬੇਕਾਰ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਦੀ ਝੰਡੀ ਲਹਿਰਾਉਣਗੇ ਜਾਂ ਜੇਕਰ ਜੇ ਉਹ ਜਿੱਤਦੇ ਨੇ ਤਾਂ ਜਿਹੜੀ ਵੋਟ ਉਹਨਾਂ ਨੂੰ ਪਵੇਗੀ ਉਹ ਉਹਨਾਂ ਦੇ ਆਪਣੇ ਪ੍ਰਚਾਰ ਦਾ ਅਸਰ ਲੋਕਾਂ ਦੇ ਉੱਤੇ ਹੋਵੇਗਾ ਜਾਂ ਫਿਰ ਪਤੀ ਬਿਕਰਮ ਸਿੰਘ ਮਜੀਠੀਆ ਦੇ ਐਡੇ ਲੰਮੇ ਸਿਆਸੀ ਕੈਰੀਅਰ ਨੂੰ ਦੇਖਦੇ ਹੋਏ ਵੋਟ ਪਵੇਗੀ ਕਿਉਂਕਿ ਹੁਣ ਤੱਕ ਲੋਕ ਸਿਆਣੇ ਹੋ ਚੁੱਕੇ ਨੇ ਅਤੇ ਉਹ ਇੱਕ ਅਜਿਹਾ ਨੇਤਾ ਚਾਹੁੰਦੇ ਨੇ ਜੋ ਹਲਕੇ ਦਾ ਵਿਕਾਸ ਕਰ ਸਕੇ ਵਿਕਾਸ ਦੇ ਨਾਲ ਨਾਲ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕ ਸਕੇ ਰੁਜ਼ਗਾਰ ਦੇ ਪ੍ਰਬੰਧ ਕਰ ਸਕੇ ਨਸ਼ੇ ਨੂੰ ਖਤਮ ਕਰ ਸਕੇ ਅਤੇ ਸਭ ਤੋਂ ਵੱਡੀ ਗੱਲ ਲੋਕਾਂ ਦੀ ਗੱਲ ਸੁਣ ਸਕੇ ਅਤੇ ਉਹਨਾਂ ਦੀਆਂ ਮੁਸੀਬਤਾਂ ਦਾ ਹੱਲ ਕਰ ਸਕੇ। ਕੀ ਗੁਨੀਵ ਕੌਰ ਮਜੀਠੀਆ ਇਹ ਸਭ ਕਰ ਸਕਦੇ ਨੇ ਜਾਂ ਕਰ ਸਕਣਗੇ ਪਰ ਹੋਣਾ ਕੀ ਹੈ ਕਿਸ ਨੇਤਾ ਨੇ ਹਲਕਾ ਮਜੀਠਾ ਦੇ ਲੋਕਾਂ ਦੀ ਸੇਵਾ ਕਰਨੀ ਹੈ ਇਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਪਤਾ ਚੱਲੇਗਾ।